ਜਿਹੜਾ ਇਹ ਤੁਸੀਂ ਸਕਰੀਨ ਉੱਤੇ ਦੇਖ ਰਹੇ ਹੋ ਇਹ ਵੀ 2013 ਦਾ ਸੈੱਟ ਹੈਗਾ। ਇੱਥੇ ਰੋਇਲ ਕੈਨੇਡੀਅਨ ਮਿੰਟ ਲਿਖਿਆ ਹੋਇਆ, ਚਮਕਦਾ ਬਹੁਤ ਸੋਹਣਾ। ਅਤੇ ਆਹ ਦੇਖੋ, ਅਤੇ ਆਹ 2013, ਅਤੇ ਇਸ ਸੈੱਟ ਦੇ ਵਿੱਚ ਇੱਕ ਸਪੈਸ਼ਲ ਕੋਇਨ ਆ ਜਿਹੜਾ ਉਹ $2 ਦਾ, ਜਿਵੇਂ ਕਿ ਪਹਿਲਾਂ ਵਾਲੇ ਕੋਇਨ ਦੇ ਵਿੱਚ, ਕੋਇਨ ਸੈੱਟ ਦੇ ਵਿੱਚ ਆਪਾਂ ਦੇਖਿਆ ਸੀ ਉਹਦੇ ਵਿੱਚ ਜਿਹੜਾ ਸਪੈਸ਼ਲ ਕੋਇਨ ਸੀ ਉਹ $1 ਦਾ ਸੀ। ਅਤੇ ਚਲੋ ਆਪਾਂ ਦੇਖਦੇ ਹਾਂ $2 ਦੇ ਕੋਇਨ ਨੂੰ, ਉਹ ਇਹ ਆ। ਬਾਕੀ ਸਾਰਾ ਕੁਛ ਸੇਮ ਆ, ਸਾਰਾ ਕੁਛ ਲਿਖਿਆ ਵੀ ਸੇਮ ਆ, ਸਾਰਾ ਕੁਛ ਐਵਰੀਥਿੰਗ। ਅੱਗੇ ਆ ਜਿਹੜਾ $2 ਦਾ ਕੋਇਨ ਆ ਇਹਦੇ ਵਿੱਚ ਆਪਾਂ ਆਪਾਂ ਜਿਹੜਾ ਉਹ ਦੋ $1 ਦਾ ਕੋਇਨ ਦੇਖਦੇ ਹੁੰਦੇ ਸੀ, ਇਹਦੇ ਵਿੱਚ $2 ਦਾ ਡਿਫਰੈਂਟ ਦਾ ਕੋਇਨ ਆ, ਬਾਕੀ ਸਾਰੇ ਕੋਇਨ ਸੇਮ ਹੀ ਨੇ। ਅਤੇ ਆਹ 50 ਸੈਂਟ ਦਾ ਕੋਇਨ ਆ, ਜਿਵੇਂ ਇਹਨਾਂ ਬਾਰੇ ਆਪਾਂ ਬਾਅਦ 'ਚ ਦੇਖਾਂਗੇ ਹੋਰਾਂ ਬਾਰੇ। ਇਹਦੇ ਵਿੱਚ ਇਹ ਸੈੱਟ ਵਿੱਚ ਇਕੱਲਾ ਆਹ ਕੋਇਨ ਡਿਫਰੈਂਟ ਹੁੰਦਾ ਜਿਹੜਾ ਤੁਸੀਂ ਆਹ ਦੇਖ ਸਕਦੇ ਹੋ। ਆਹ ਦੇਖੋ ਇਹ ਚਮਕਦੇ ਨੇ, ਇਹਦੇ 'ਤੇ ਦੋ ਜਿਹੜੇ ਹੈਗੇ ਨੇ ਇਹ ਤੁਸੀਂ ਦੇਖ ਸਕਦੇ ਹੋ, ਜਿਹੜੇ $2 ਦੇ ਕੋਇਨ 'ਤੇ ਨਹੀਂ ਹੁੰਦੇ, ਹੋਰ ਹੁੰਦੇ ਆ, ਡਿਫਰੈਂਟ ਤਰ੍ਹਾਂ ਦੀ ਪਿਕਚਰ ਹੁੰਦੀ ਆ, ਪਰ ਇਹਦੇ ਉੱਤੇ ਇਹ ਸਪੈਸ਼ਲ ਇਹ ਹੈਗਾ ਗਾ ਜਿਹੜੀ ਇਹ ਪਿਕਚਰ ਲਾਈ ਗਈ ਹੈ। ਅਤੇ ਬਹੁਤ ਖੂਬਸੂਰਤ ਕੋਇਨ ਇਸ ਤਰ੍ਹਾਂ ਇਹ ਉਹਨਾਂ ਦੂਜਿਆਂ ਕੋਇਨਾਂ ਤੋਂ ਇਹਨੂੰ ਇਸ ਤਰ੍ਹਾਂ ਵੱਖ ਕਰਦੀ ਆ। ਇਹ ਸੈੱਟ ਵਿੱਚ ਇਹ $2 ਦਾ ਕੋਇਨ ਡਿਫਰੈਂਟ ਹੁੰਦਾ। ਅਤੇ ਇੱਕ ਇਹਦੇ ਵਿੱਚ ਹੋਰ ਆਪਾਂ ਜਿਹੜੀ ਨਵੀਂ ਚੀਜ਼ ਜਿਹੜੀ ਦੇਖਣੀ ਆ ਜਿਹੜੀ ਆ ਉਹ ਹੈਗਾ ਇਹਦਾ ਜਿਹੜਾ ਬਾਕਸ ਆ ਉਹ ਕਲਰਡ ਆ, ਬਹੁਤ ਖੂਬਸੂਰਤ ਬਾਕਸ ਆ ਇਹਦਾ, ਜਿਹਦੇ ਵਿੱਚ ਇਹ ਪੈਕ ਕੀਤਾ ਗਿਆ ਹੁੰਦਾ। ਅਤੇ ਉਹ ਹੈਗਾ ਇਹ ਇੱਧਰ ਇਹਨਾਂ ਦੀ ਰੰਗਦਾਰ ਪਿਕਚਰ ਲਾਈ ਗਈ ਆ ਉਹਨਾਂ ਦੋਨਾਂ ਦੀ ਵੀ, ਅਤੇ ਇੱਥੇ ਲਿਖਿਆ ਵੀ ਗਿਆ ਸਾਰਾ ਇਹ ਕਲਰਡ ਆ। ਇੱਧਰਲੀ ਸਾਈਡ 4 ਸਪੇਰਿਓ ਇਹ ਰੰਗਦਾਰ ਜਿਹੜੇ ਇਹ ਰਿਸ ਨੇ ਬਲੈਕ ਕਾਲੇ ਰੰਗ ਦੇ ਰਿਸ। ਅਤੇ ਆਹ ਜੰਗਲ ਦੀ ਪਿਕਚਰ ਲਾਈ ਗਈ ਆ, ਆਹ ਇਸ ਤਰ੍ਹਾਂ ਇਹ ਸਾਰਾ ਜਿਹੜਾ ਹੈਗਾ ਗਾ ਇਹ ਰੰਗਦਾਰ ਬਣਾਇਆ ਗਿਆ। ਇੱਧਰ ਇੰਗਲਿਸ਼ 'ਚ ਲਿਖਿਆ ਹੋਇਆ ਅਤੇ ਇੱਧਰਲੀ ਸਾਈਡ ਵੀ ਇੰਗਲਿਸ਼ ਅਤੇ ਫਰੈਂਚ ਦੋਨਾਂ ਭਾਸ਼ਾਵਾਂ ਵਿੱਚ ਇਹ ਲਿਖਦੇ ਨੇ, ਉਹ ਆਪਾਂ ਨੂੰ ਪਤਾ ਹੀ ਆ। ਅਤੇ ਆਹ ਉਹ ਕੋਇਨ ਸੈੱਟ ਆ, ਅਤੇ ਆਹ ਇਹਦਾ ਹੈਗਾ ਸਰਟੀਫਿਕੇਟ, ਇਹਨੂੰ ਵੀ ਆਪਾਂ ਥੋੜ੍ਹਾ ਓਪਨ ਕਰਕੇ ਦੇਖ ਲੈਂਦੇ ਹਾਂ। ਅਤੇ ਉਹ ਹੈਗਾ ਇਹ ਜਿਹੜਾ ਤੁਸੀਂ ਪੜ੍ਹ ਸਕਦੇ ਹੋ, ਇਹਦੇ ਵਿੱਚ ਇਸ ਜਿਹੜੇ $2 ਬਾਰੇ ਸਪੈਸ਼ਲ ਲਿਖਿਆ ਜਾਊਗਾ, ਲਿਖਿਆ ਹੋਇਆ ਜਿਹੜਾ ਜਿਵੇਂ ਤੁਸੀਂ ਇਹ ਪੜ੍ਹ ਸਕਦੇ ਹੋ ਸਾਰਾ। ਅਤੇ ਲਿਮਿਟਡ ਕੁਆਂਟਿਟੀ 'ਤੇ ਇਹ ਜਾਰੀ ਕੀਤੇ ਗਏ ਸੀ। ਅਤੇ ਆ ਇਹਨਾਂ ਦੇ ਜਿਹੜੇ $2 ਦੇ ਪਿਕਚਰ ਆ ਉਹਦੇ ਨਾਲ ਸੰਬੰਧਿਤ ਇਹ ਇਨਫੋਰਮੇਸ਼ਨ ਦਿੱਤੀ ਗਈ ਆ, ਅਤੇ ਤੁਸੀਂ ਇਹ ਪੜ੍ਹ ਸਕਦੇ ਹੋ ਪੂਰੇ ਵਿਸਥਾਰ ਨਾਲ। ਅਤੇ ਜਿਹਨੂੰ ਇੰਗਲਿਸ਼ ਨਹੀਂ ਆਉਂਦੀ, ਫਰੈਂਚ ਆਉਂਦੀ ਆ, ਉਹ ਵੀ ਨਿਰਾਸ਼ ਨਾ ਹੋਵੋ, ਉਹਨਾਂ ਵਾਸਤੇ ਵੀ ਕੈਨੇਡੀਅਨ ਗੌਰਮੈਂਟ ਨੇ ਫਰੈਂਚ ਵਿੱਚ ਇਨਫੋਰਮੇਸ਼ਨ ਪ੍ਰੋਵਾਈਡ ਕਰਨ ਦੀ ਟਰਾਈ ਕੀਤੀ ਆ, ਅਤੇ ਉਹ ਇਹ ਆ ਉਹ ਵੀ ਤੁਸੀਂ ਪੜ੍ਹ ਸਕਦੇ ਹੋ। ਅਤੇ ਇਸ ਤਰ੍ਹਾਂ ਇਹ ਵਰਲਡ ਵਾਈਡ 17,500 ਸੈੱਟ ਜਾਰੀ ਕੀਤਾ ਸੀ, ਅਤੇ ਜਿਹੜਾ ਇਹ ਆਪਣੇ ਕੋਲ ਆ ਉਹਦਾ ਨੰਬਰ 12,894ਵਾਂ ਨੰਬਰ ਆ ਇਸ ਤਰ੍ਹਾਂ। ਅਤੇ ਇਹਨਾਂ ਕੋਇਨਾਂ ਬਾਰੇ ਜਿਹੜੀ ਇੱਕ ਸਾਰਨੀ ਵਿੱਚ ਪੂਰੀ ਇਨਫੋਰਮੇਸ਼ਨ ਦਿੱਤੀ ਜਾਂਦੀ ਹੈ ਉਹ ਇਹ ਆ ਜਿਹੜੀ ਤੁਸੀਂ ਇਹ ਸਕਰੀਨ ਉੱਤੇ ਦੇਖ ਰਹੇ ਹੋ। ਅਤੇ ਤੁਸੀਂ ਇਸ ਸਕਰੀਨ ਨੂੰ ਇੱਕ ਥਾਂ 'ਤੇ ਕਢਾ ਕੇ ਪੜ੍ਹ ਵੀ ਸਕਦੇ ਹੋ, ਇਹਦੇ ਵਿੱਚ ਇਹ ਪੂਰੀ ਵਿਸਥਾਰ ਸਹਿਤ ਦੱਸਿਆ ਗਿਆ। ਇਹ ਸਾਰੇ ਦੀ ਜਿਹੜੇ ਉਹ ਕਹੋ ਇਹ ਚਾਂਦੀ ਨਹੀਂ ਹੁੰਦੀ ਇਹਨਾਂ ਵਿੱਚ ਕਿਸੇ 'ਚ ਵੀ, ਅਤੇ ਉਹਨਾਂ ਨੇ ਦੱਸਣ ਦੀ ਇਹੀ ਟਰਾਈ ਕੀਤੀ ਹੈ।
ਅਤੇ ਏ ਟੂ ਜੈਡ ਇਹਦੇ ਵਿੱਚ ਇਨਫੋਰਮੇਸ਼ਨ ਵੀ ਦਿੱਤੀ ਗਈ ਹੈ। ਅਤੇ ਆਸ ਕਰਦੇ ਹਾਂ ਤੁਸੀਂ ਇਸ ਵੀਡੀਓ ਨੂੰ ਵੀ ਪਸੰਦ ਕਰੋਗੇ। ਦੇਖਦੇ ਰਹੋ, ਧੰਨਵਾਦ। ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨਾਲ। Yeah.